ਪੰਜਾਬੀ ਲੋਗਾਂ ਇੱਕ ਹਟ ਗਈ ਇੱਕ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਦੋਸਤੋ ਜਿਨ੍ਹਾਂ ਦੀ ਸੰਦਲੀ ਪੜਾ ਨੂੰ ਲੈ ਕੇ ਦੋ ਸਨ 2000 ਦੇ ਵਿੱਚ ਕਿਤਾਬ ਆਈ ਸੀ ਆਵਾਜ਼ ਮਰਦੀ ਨਹੀਂ ਤਕਰੀਮ ਨਾਲ ਤੋਂ 22-23 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਵੀ ਗਾਇਕੀ ਖੇਤਰ ਵਿੱਚ ਆਉਣ ਲਈ ਸੰਘਰਸ਼ਮਈ ਜ਼ਿੰਦਗੀ ਲੁਧਿਆਣਾ ਵਿਖੇ گزار ਰਿਹਾ ਸੀ ਠੀਕ ਉਸੇ ਸਮੇਂ ਬੈਠੀ ਮਸ਼ਹੂਰ ਮਰਹੂਮ ਗਾਇਕ ਗੀਤਕਾਰ ਸੰਗੀਤਕਾਰ ਅਤੇ ਗਾਇਕ ਅਮਰ ਸਿੰਘ ਚਮਕੀਲਾ ਵੀ ਇਸ ਖੇਤਰ ਵਿੱਚ ਪ੍ਰਵੇਸ਼ ਹੋਣ ਲਈ ਲੱਕ ਬੰਨ ਕੇ ਤੁਰਿਆ ਹੋਇਆ ਸੀ ਅਸੀਂ ਦੋਹਾਂ ਜਾਣਾਂ ਨੇ ਇਕੱਠਿਆਂ ਨੇ ਗਾਇਕੀ ਖੇਤਰ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ ਉਹਨੇ ਵੀ ਮੇਰੇ ਬਾਅਦ ਸੰਘਰਸ਼ਮਈ ਜੀਵਨ ਗੀਤਕਾਰੀ ਤੋਂ ਹੀ ਸ਼ੁਰੂ ਕੀਤਾ ਉਸੇ ਬੇਲੇ ਉਸਦਾ ਨਾਂ ਅਮਰ ਸਿੰਘ ਚਮਕੀਲਾ ਨਹੀਂ ਸੀ ਉਹ ਨਰਮ ਸੁਭਾਅ ਦਾ ਸੰਗਾਉ ਜਿਹਾ ਮੁੰਡਾ ਧਨੀ RAM ਦੁਗਰੀ ਤੋਂ ਕਦੇ ਪੈਦਲ ਤੇ ਕਦੇ ਸਾਈਕਲ ਤੇ ਕਲਾਕਾਰਾਂ ਦੇ ਦਫ਼ਤਰ ਆਇਆ ਕਰਦਾ ਸੀ ਬਸ ਅੱਡੇ ਦੇ ਬਿਲਕੁਲ ਸਾਹਮਣੇ ਦੇਸੀ ਸ਼ਰਾਬ ਦੇ ਠੇਕੇ ਮੂਹਰੇ ਪਿੱਪਲ ਥੱਲੇ ਅਸੀਂ ਅਕਸਰ ਮਿਲਦੇ ਹੀ ਰਹਿੰਦੇ ਸਨ ਉਹਨਾਂ ਦਿਨਾਂ ਵਿੱਚ ਹੋਰ ਵੀ ਕਈ ਕਲਾਕਾਰ ਗਾਇਕੀ ਖੇਤਰ ਵਿੱਚ ਪ੍ਰਵੇਸ਼ ਹੋਣ ਲਈ ਉਡਾਨ ਭਰਨ ਵਾਸਤੇ ਪਰ ਤੋਲ ਰਹੇ ਸਨ ਮੈਂ ਤੇ ਧਨੀਦਾਮ ਭਾਵੇਂ ਇਕੱਠੇ ਗਾਇਕੀ ਖੇਤਰ ਵਿੱਚ ਪ੍ਰਵੇਸ਼ ਹੋਣਾ ਚਾਹੁੰਦੇ ਸਨ ਪਰ ਉਸ ਸਮੇਂ ਕੈਸਟ ਕਲਚਰ ਨਹੀਂ ਸੀ ਨਾ ਹੀ ਉਸ ਸਮੇਂ ਬਾਲ ਗਾਇਕੀ ਦਾ ਚੁੱਕ ਸੀ ਨਾ ਹੀ ਉਸ ਸਮੇਂ ਪ੍ਰੈਸ ਮੀਡੀਆ ਕਲਾਕਾਰਾਂ ਬਾਰੇ ਲਿਖਦਾ ਸੀ ਰਿਕਾਰਡਿੰਗ ਕੰਪਨੀਆਂ ਵੀ ਇੱਕ ਦੋ ਹੀ ਸਨ ਉਹਨਾਂ ਵਿੱਚ ਪੁਰਾਣੇ ਗਾਇਕਾਂ ਦਾ ਪੂਰਾ ਕਬਜ਼ਾ ਸੀ ਇਸੇ ਕਰਕੇ ਸਾਨੂੰ ਗਾਇਕੀ ਦੀ ਸ਼ੁਰੂਆਤ ਕਰਨ ਲਈ ਦੌਰ ਗੀਤਕਾਰ ਇਸ ਖੇਤਰ ਵਿੱਚ ਆਉਣਾ ਪਿਆ ਉਸ ਸਮੇਂ ਉਸੇ ਪਿੱਪਲ ਦੀਆਂ ਠੰਡੀਆਂ ਛਾਵਾਂ ਵਿੱਚ ਸਾਡੇ ਤੋਂ ਬਿਨਾਂ ਹੋਰ ਵੀ ਕਈ ਗਾਇਕ ਅਤੇ ਗੀਤਕਾਰ ਪੈਦਾ ਹੋਏ ਜਿੰਨਾ ਵਿੱਚ ਸ਼ਰਿੰਦਰ ਸਿੰਧਾ, ਲਾਭ ਜੰਜੂਆ, ਬੱਬੂ ਪਰਵਾਨਾ, ਮਾਮਾ ਅਮਰਜੀਤ, ਬਾਲੀ ਦੇਤਵਾਲੀਆ, ਬਲਵਿੰਦਰ ਭਗਤਾ, ਸਰਦੂਲ ਸਕੰਦਰ ਸਥਾਪਿਤ ਹੋਣ ਲਈ ਇਸ ਪਿੱਪਲ ਦੀ ਠੰਡੀ ਛਾਂ ਦਾ ਆਨੰਦ ਮਾਣਨ ਅਤੇ ਜ਼ਿੰਦਗੀ ਨਾਲ ਜੂਝਣ ਤੋਂ ਡਰਦੇ ਮਾਰੇ ਭੱਜ ਗਏ ਸਨ। ਉਸ ਸਮੇਂ ਧਨੀ ਦਾਵ ਨੂੰ ਅਸੀਂ ਸਾਰੇ ਧਨੀਆਂ ਕਹਿ ਕੇ ਬੁਲਾਉਂਦੇ ਹੁੰਦੇ ਸੀ। ਉਹ ਇਸ ਸੰਘਰਸ਼ ਵਿੱਚ ਡਟਿਆ ਰਿਹਾ ਤੇ ਭਰਪੂਰ ਸਫਲਤਾ ਪ੍ਰਾਪਤ ਵੀ ਕੀਤੀ। ਇਹ ਸਿਰਫ ਉਸ ਦੇ ਘਰੇਲੂ ਆਰਥਿਕ ਹਾਲਾਤ ਸਨ। ਸਰਦ ਅਤੇ ਸੈਦਕ ਦਾ ਕ੍ਰਿਸਮਾਸੀ ਉਹਨਾਂ ਦਿਨਾਂ ਵਿੱਚ ਸਾਡਾ ਆਪਸੀ ਬੇਹੱਦ ਪਿਆਰ ਸੀ ਇੱਕ ਸਰਿੰਦਰ ਸਿੰਧਾ ਜੀ ਸ਼ਹਿਰ ਵਿੱਚ ਹੋਣ ਕਰਕੇ ਭਮਰਾ ਸਾਭ ਜੀ ਤੋਂ ਤੱਕਦੀ ਸਿੱਖਿਆ ਲੈਣ ਕਰਕੇ ਸਾਡੇ ਨਾਲੋਂ ਸੀਨੀਅਰ ਸੀ ਉਮਰ ਵਿੱਚ ਵੀ ਸਾਡੇ ਨਾਲੋਂ ਵੱਡੇ ਸਨ ਇਹਨਾਂ ਦਿਨਾਂ ਵਿੱਚ ਧਨੀराम ਨੇ ਗਾਇਕੀ ਖੇਤਰ ਲਈ ਆਪਣਾ ਉਸਤਾਦ ਜਨਾਬ ਸਰਿੰਦਰ ਸਿੰਧਾ ਜੀ ਨੂੰ ਧਾਰ ਲਿਆ ਸੀ ਇਸ ਤੋਂ ਬਾਅਦ ਬੱਬੂ ਪਰਵਾਨਾ ਬਤੌਰ ਪੀਟੀ ਮਾਸਟਰ ਅਮਰਜੀਤ ਮਾਮਾ ਸਟੇਜ ਸਕੱਤਰ ਅਤੇ ਧਨੀਰਾਮ ਸਹਿਯੋਗੀ ਗਾਇਕ ਤੌਰ ਤੇ ਸਰਿੰਦਰ ਸਿੰਧਾ ਜੀ ਦੇ ਨਾਲ ਸਥਾਪਿਤ ਹੋ ਗਏ ਸਿੰダー ਸਿੰਘ ਜੀ ਦੇ ਸਥਾਪਿਤ ਹੋਏ ਗਰੁੱਪ ਵਿੱਚ ਸ਼ਾਮਲ ਹੋ ਕੇ ਕੰਮ ਕਰਨ ਲੱਗ ਪਏ। ਇਨ੍ਹਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਕੋਲ ਬਢੈਲ ਪਿੰਡ ਵਿੱਚ ਰਾਮ ਲੀਲਾ ਦੀ ਸਟੇਜ ਤੇ ਤਨੀਰਾਮ ਸ੍ਰਿੰਦਰ ਸਿੰਦਾ ਜੀ ਦੇ ਗਰੁੱਪ ਨਾਲ ਗਿਆ ਹੋਇਆ ਸੀ। ਇਥੇ ਹੀ ਪ੍ਰਸਿੱਧ ਗੀਤਕਾਰ ਸਨਮਕ ਸਿੰਘ ਯਾਦ ਨੇ ਇਸ ਨੂੰ ਧਨੀ RAM ਦੀ ਥਾਂ ਅਮਰ ਸਿੰਘ ਚਮਕੀਲਾ ਦਾ ਨਾਮ ਦਿੱਤਾ। ਇਹ ਸਟੇਜ ਅਮਰ ਸਿੰਘ ਚਮਕੀਲਾ ਲਈ ਇੱਕ ਬਰ ਅਤੇ ਜ਼ਿੰਦਗੀ ਵਿੱਚ ਰੌਸ਼ਨੀ ਕਰਨ ਵਾਲੀ ਸਾਬਤ ਹੋਈ ਸੀ। ਚਮਕੀਲੇ ਨੇ ਉਸਤਾਦ ਸਰਿੰਦਰ ਸਿੰਧਾ ਜੀ ਤੋਂ ਸੰਗੀਤ ਦੀਆਂ ਬਰੀਕੀਆਂ, ਗਾਇਕੀ ਦੇ ਰਸਤੇ ਜਿੰਦਾ ਪੇਚ ਵੀ ਸਖਲੇ ਸਨ। ਬੜ੍ਹਲ ਦੀ ਸਟੇਜ ਤੋਂ ਹੀ ਸਰੋਤਿਆਂ ਨੇ ਇਸ ਨੂੰ ਅਸ਼ੀਰਵਾਦ ਦਿੱਤਾ ਕਿ ਇਹ ਮੁੰਡਾ ਇੱਕ ਦਿਨ ਮਹਾਨ ਕਲਾਕਾਰ ਬਣੇਗਾ। ਅਤੇ ਗਾਇਕੀ ਖੇਤਰ ਵਿੱਚ ਅਮਰ ਹੋਵੇਗਾ ਇਸ 스테ਜ ਤੋਂ ਮਿਲਿਆ ਅਸੀਰਵਾਦ ਧਨੀ RAM ਉਰਫ ਅਮਰ ਸਿੰਘ ਚਮਕੀਲੇ ਨੂੰ ਸੱਚਮੁੱਚ ਹੀ ਅਮਰ ਕਰ ਗਿਆ ਤੇ ਹਮੇਸ਼ਾ ਹੀ ਅਮਰ ਰਹੇਗਾ ਮੇਰਾ ਤੇ ਚਮਕੀਲੇ ਦਾ ਆਪਸੀ ਪਿਆਰ ਬਹੁਤ ਹੀ ਜ਼ਿਆਦਾ ਸੀ। ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਵੀ ਕਰ ਲੈਂਦੇ ਸਨ। ਕਈ ਗੱਲਾਂ ਸਾਡੇ ਦੋਹਾਂ ਤੱਕ ਹੀ ਸੀਮਤ ਹੁੰਦੀਆਂ ਰਹੀਆਂ। ਇਹੋ ਸਾਡੀ ਨੇੜਤਾ ਦਾ ਸਬੂਤ ਸੀ। ਜਸਦਨ ਇਸਦਾ ਅਖਾੜਾ ਪਿੰਡ ਮੈਸਮਪੁਰ ਨੇੜੇ ਫਲੌਰ ਵਿੱਚ ਸੀ। ਅਸ ਤੋਂ ਪਹਿਲੀ ਰਾਤ ਇਹ ਮੇਰੇ ਕੋਲ ਆਇਆ ਅਤੇ ਮੇਰੇ ਕੋਲ ਤਕਰੀਬਨ ਅੱਧਾ ਪੂਨਾ ਘੰਟਾ ਗੱਲਾਂ ਕੀਤੀਆਂ ਤੇ ਫਿਰ ਚਲਾ ਗਿਆ। ਇਨ੍ਹਾਂ ਗੱਲਾਂ ਵਿੱਚ ਜ਼ਿਆਦਾ ਪ੍ਰਾਣੀਆਂ ਜਾਂਦਾਂ ਹੀ ਸਨ। ਮੇਰੇ ਕੋਲੇ ਤਕਰੀਬਨ 12:30 ਵਜੇ ਰਾਤ ਨੂੰ ਗਿਆ ਦੂਸਰੇ ਦਿਨ ਇਸ ਨੂੰ ਪੰਜਾਬ ਵਿੱਚ ਝੁੱਲੀ ਅੱਤਵਾਦੀ ਹਨੇਰੀ ਨੇ ਆਪਣੇ ਵਿੱਚ ਹੀ ਸਮੇਟ ਲਿਆ ਇਸ ਦੀ ਮੌਤ ਦੀ ਖਬਰ ਸੁਣ ਕੇ ਇਸ ਦੀ ਮੌਤ ਦੀ ਖਬਰ ਸੁਣ ਕੇ ਕਲਾਕਾਰ ਵਰਗ ਵਿੱਚ ਸੋਗ ਪੈ ਗਿਆ ਹਰ ਇੱਕ ਨੂੰ ਆਪੋ ਆਪਣੀ ਜਾਨ ਦੀ ਬਣ ਗਈ ਚੰਦਰੇ ਅੱਤਵਾਦ ਨੇ ਇਸ ਨੂੰ ਮਾਰ ਕੇ ਚੰਗੀ ਗੱਲ ਨਹੀਂ ਕੀਤੀ ਕਿਉਂਕਿ ਇਹੋ ਜੇ ਸਰਬਪੱਖੀ ਇਨਸਾਨ ਮੜਮੜ ਨਹੀਂ ਜੰਮਦੇ ਹੁਣ ਬੇਸ਼ੱਕ ਚਮਕੀਲਾ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਰੋਸ਼ਦੀ ਗੇਕੀ ਹੁਣ ਵੀ ਹਰ ਪੰਜਾਬੀ ਸਰੋਤੇ ਦੇ ਦਿਲਾਂ ਤੇ ਰਾਜ ਕਰਦੀ ਹੈ ਇਸ ਨੂੰ ਯਾਦ ਰੱਖਣਾ ਹੀ ਸਾਡੇ ਸਾਰਿਆਂ ਲਈ ਇੱਕ ਸੱਚੀ ਸੁੱਚੀ ਸਰਧਾਂਜਲੀ ਹੈ ਮੈਂ ਤੁਹਾਡਾ ਆਪਣਾ ਪੰਜਾਬੀ ਲੋਕਾਇਕ ਹਾਕਮ ਬਖਤਰੀ ਬੜਾ ਦੋਸਤੋ ਮਿਲਦੇ ਆਂ ਅਗਲੇ ਵਿਚਾਰਨ ਦੇ ਨਾਲ ਧੰਨਵਾਦ